हाँ जी दोस्तों, मैं जस्सा माड़ी वाला आप सब का स्वागत करदा आप दे अपने चैनल कबड्डी 105 उत्ते। जेकर तुसी अपने चैनल पर पहली बार आए हो तो इसनों सबसक्राइब करके नाल घंटी वाले बटन जरूर दब के रखो और अपने फेसबुक पेज कबड्डी 105 भी लाइक कर लो और इंस्टाग्राम से आपां जरूर फॉलो करो। हाँ जी दोस्तों, इस वीडियो में स्पोंसर किया खेड प्रमोटर सरदार दलजिंदर सिंह समरा जो कि उगे खेड प्रमोटर समाज सेवी ਅਤੇ ਨੀਲਾ ਬਰਾੜ ਅਮਰੀਕਾ ਮਾੜੀ ਮੁਸਤਫਾ ਵਾਲਿਆਂ ਨੇ। ਹਾਂਜੀ ਦੋਸਤੋ, ਕਰੋ ਨੋਟ, ਕੱਲ੍ਹ 28 ਨਵੰਬਰ 2021 ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ ਤਾਂ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ। ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਅਤੇ ਜਿਹੜੇ ਵੀ ਵੀਰਾਂ ਨੇ ਆਪਣੇ ਪਿੰਡ ਦੇ ਕਬੱਡੀ ਟੂਰਨਾਮੈਂਟ ਦੀ ਸਪੈਸ਼ਲ ਵੀਡੀਓ ਪਵਾਉਣੀ ਹੋਵੇ ਤਾਂ ਉਹ ਆਪਾਂ ਨੂੰ ਉੱਪਰ ਦਿੱਤੇ ਗਏ ਆਪਣੇ ਵਟਸਐਪ ਨੰਬਰ 'ਤੇ ਜ਼ਰੂਰ ਕਨੈਕਟ ਕਰਨਾ। ਤਾਂ ਦੋਸਤੋ, ਕੱਲ੍ਹ 28 ਨਵੰਬਰ 2021 ਨੂੰ ਪਿੰਡ ਟਾਂਡਾ ਆਰਾਮ ਸਹਾਏ ਹੁਸ਼ਿਆਰਪੁਰ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਜਿਸ ਵਿੱਚ 4 ਕਲੱਬਾਂ ਖੇਡਣਗੀਆਂ ਅਤੇ ਇਹ ਟੀਮਾਂ ਹੋਣਗੀਆਂ ਸਾਹਕੋਟ, ਭਗਵਾਨਪੁਰ, ਨਿਊਜ਼ੀਲੈਂਡ ਅਤੇ SGPC। ਅਤੇ ਇਸ ਦਾ ਪਹਿਲਾ ਇਨਾਮ 1,00,000 ਰੁਪਏ ਅਤੇ ਦੂਜਾ ਇਨਾਮ 75,000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 21,000 ਰੁਪਏ ਹੋਣਗੇ ਅਤੇ ਨਾਲ ਹੀ ਇੱਥੇ ਐਕਸਨਾਂ ਵਾਲੇ ਬੱਚਿਆਂ ਦਾ 100 ਮੈਚ ਵੀ ਹੋਵੇਗਾ ਅਤੇ ਕਬੱਡੀ ਦੀਆਂ ਇੰਟਰਨੈਸ਼ਨਲ ਲੜਕੀਆਂ ਦਾ 100 ਮੈਚ ਵੀ ਕਰਵਾਇਆ ਜਾਵੇਗਾ ਅਤੇ ਇਸ ਦਾ ਲਾਈਵ ਤੁਸੀਂ kabaddi365.com ਦੇ ਜ਼ਰੀਏ ਦੇਖ ਸਕਦੇ ਹੋ। ਇਸ ਤੋਂ ਅੱਗੇ ਦੋਸਤੋ, ਪਿੰਡ ਸੱਤੋਵਾਲ ਲੁਧਿਆਣਾ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਲੀਗ ਦੇ ਮੈਚ ਹੋਣਗੇ ਜਿਸ ਵਿੱਚ 14, 17 ਅਤੇ 19 ਸਾਲਾਂ ਦੀਆਂ ਕਬੱਡੀ ਦੀਆਂ 8 ਟੀਮਾਂ ਖੇਡਣਗੀਆਂ। ਇਸ ਤੋਂ ਅੱਗੇ ਦੋਸਤੋ, ਪਿੰਡ ਚੜੈਕ ਮੋਗਾ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਜਿਸ ਵਿੱਚ 3 ਖਿਡਾਰੀ ਬਾਹਰੋਂ ਖੇਡ ਸਕਦੇ ਹਨ ਅਤੇ ਇਸ ਦਾ ਪਹਿਲਾ ਇਨਾਮ 81,000 ਰੁਪਏ ਅਤੇ ਦੂਜਾ ਇਨਾਮ 61,000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 21,000 ਰੁਪਏ ਹੋਣਗੇ ਅਤੇ ਇਸ ਦਾ ਲਾਈਵ ਤੁਸੀਂ punjablive1.com ਦੇ ਜ਼ਰੀਏ ਦੇਖ ਸਕਦੇ ਹੋ। ਇਸ ਤੋਂ ਅੱਗੇ ਦੋਸਤੋ, ਪਿੰਡ ਬਿਲਗਾ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਜਿਸ ਦਾ ਪਹਿਲਾ ਇਨਾਮ 51,000 ਰੁਪਏ ਅਤੇ ਦੂਜਾ ਇਨਾਮ 41,000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 10,000 ਰੁਪਏ ਹੋਣਗੇ। ਇਸ ਤੋਂ ਅੱਗੇ ਦੋਸਤੋ, ਪਿੰਡ ਮਸੂਰ ਦੇਵਾ ਸ਼ੇਰ ਸਿੰਘ ਵਾਲਾ ਵਿਖੇ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਜਿਸ ਵਿੱਚ 3 ਖਿਡਾਰੀ ਬਾਹਰੋਂ ਖੇਡ ਸਕਦੇ ਹਨ ਅਤੇ ਇਸ ਦਾ ਪਹਿਲਾ ਇਨਾਮ 51,000 ਰੁਪਏ ਅਤੇ ਦੂਜਾ ਇਨਾਮ 41,000 ਰੁਪਏ ਹੋਵੇਗਾ। ਅਤੇ ਨਾਲ ਹੀ ਦੋਸਤੋ, ਇਸ ਦੇ ਲਾਈਵ ਦੀ ਗੱਲ ਕਰੀਏ ਤਾਂ ਇਸ ਦਾ ਲਾਈਵ ਚੱਲੇਗਾ punjablive1.com ਦੇ ਜ਼ਰੀਏ। ਇਸ ਤੋਂ ਅੱਗੇ ਦੋਸਤੋ, ਪਿੰਡ ਕਾਜਲੀ ਕਪੂਰਥਲਾ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇਸ ਦਾ ਪਹਿਲਾ ਇਨਾਮ 1,00,000 ਰੁਪਏ ਅਤੇ ਦੂਜਾ ਇਨਾਮ 75,000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 31,000 ਰੁਪਏ ਹੋਣਗੇ। ਅਤੇ ਟੀਮਾਂ ਦੀ ਗੱਲ ਕਰੀਏ ਤਾਂ ਇੱਥੇ NRI ਨਕੋਦਰ, ਸੁਰਖਪੁਰ, ਭਗਵਾਨਪੁਰ ਅਤੇ ਰੋਇਲ ਕਿੰਗ USA ਦੀਆਂ ਟੀਮਾਂ ਖੇਡਣਗੀਆਂ ਅਤੇ ਇਸ ਦਾ ਲਾਈਵ ਤੁਸੀਂ kabaddi365.com ਦੇ ਜ਼ਰੀਏ ਦੇਖ ਸਕਦੇ ਹੋ। ਇਸ ਤੋਂ ਅੱਗੇ ਦੋਸਤੋ, ਪਿੰਡ ਜਰਖੜ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ। ਇੱਕ ਪਿੰਡ ਓਪਨ ਜਿਸ ਵਿੱਚ 3 ਖਿਡਾਰੀ ਬਾਹਰੋਂ ਖੇਡ ਸਕਦੇ ਹਨ ਅਤੇ ਇਸ ਦਾ ਪਹਿਲਾ ਇਨਾਮ 71,000 ਰੁਪਏ ਅਤੇ ਦੂਜਾ ਇਨਾਮ 41,000 ਰੁਪਏ ਹੋਵੇਗਾ ਅਤੇ ਇੱਥੇ 14 ਟੀਮਾਂ ਐਂਟਰ ਕੀਤੀਆਂ ਜਾਣਗੀਆਂ। ਇਸ ਤੋਂ ਅੱਗੇ ਦੋਸਤੋ, ਪਿੰਡ ਖੱਤਰੀਵਾਲਾ ਮਾਨਸਾ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਕਬੱਡੀ 90 ਕਿੱਲੋ ਅਤੇ 65 ਕਿੱਲੋ ਦੇ ਮੈਚ ਹੋਣਗੇ। ਕਬੱਡੀ 90 ਕਿੱਲੋ ਦਾ ਪਹਿਲਾ ਇਨਾਮ 41,000 ਰੁਪਏ ਅਤੇ ਦੂਜਾ ਇਨਾਮ 31,000 ਰੁਪਏ ਹੋਵੇਗਾ ਅਤੇ ਕਬੱਡੀ 65 ਕਿੱਲੋ ਦਾ ਪਹਿਲਾ ਇਨਾਮ 5,100 ਰੁਪਏ ਅਤੇ ਦੂਜਾ ਇਨਾਮ 4,100 ਰੁਪਏ ਹੋਵੇਗਾ। ਇਸ ਤੋਂ ਅੱਗੇ ਦੋਸਤੋ, ਪਿੰਡ ਆਲੀਕੇ ਵਿਖੇ ਕਬੱਡੀ ਦੇ ਮੈਚ ਹੋਣਗੇ ਅਤੇ ਇਹ ਪਿੰਡ ਤਪਾ ਭਦੌੜ ਰੋਡ 'ਤੇ ਪੈਂਦਾ ਹੈ ਅਤੇ ਇੱਥੇ ਕਬੱਡੀ 75 ਕਿੱਲੋ ਅਤੇ 35 ਕਿੱਲੋ ਦੇ ਮੈਚ ਹੋਣਗੇ। ਕਬੱਡੀ 75 ਕਿੱਲੋ ਦਾ ਪਹਿਲਾ ਇਨਾਮ 31,000 ਰੁਪਏ ਅਤੇ ਦੂਜਾ ਇਨਾਮ 21,000 ਰੁਪਏ ਹੋਵੇਗਾ ਅਤੇ ਬੈਸਟ ਨੂੰ ਰੇਂਜਰ ਸਾਈਕਲ ਹੋਣਗੇ ਅਤੇ ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 51,500 ਰੁਪਏ ਹੋਣਗੇ ਅਤੇ 35 ਕਿੱਲੋ ਦਾ ਪਹਿਲਾ ਇਨਾਮ 3,100 ਰੁਪਏ ਅਤੇ ਦੂਜਾ ਇਨਾਮ 2,100 ਰੁਪਏ ਹੋਵੇਗਾ। ਇਸ ਤੋਂ ਅੱਗੇ ਦੋਸਤੋ, ਪਿੰਡ ਜਮਾਲਪੁਰ ਲੁਧਿਆਣਾ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਇੱਕ ਪਿੰਡ ਓਪਨ ਦੇ ਮੈਚ ਹੋਣਗੇ ਜਿਸ ਵਿੱਚ 3 ਖਿਡਾਰੀ ਬਾਹਰੋਂ ਖੇਡ ਸਕਦੇ ਹਨ ਅਤੇ ਇਸ ਦਾ ਪਹਿਲਾ ਇਨਾਮ 71,000 ਰੁਪਏ ਅਤੇ ਦੂਜਾ ਇਨਾਮ 51,000 ਰੁਪਏ ਹੋਵੇਗਾ ਅਤੇ ਬੈਸਟ ਨੂੰ ਮੋਟਰਸਾਈਕਲ ਹੋਣਗੇ
ਅਤੇ ਇਸ ਦਾ ਲਾਈਵ ਤੁਸੀਂ ਪਿਓਰ ਪੰਜਾਬੀ ਲਾਈਵ ਦੇ ਜ਼ਰੀਏ ਦੇਖ ਸਕਦੇ ਹੋ। ਇਸ ਤੋਂ ਅੱਗੇ ਦੋਸਤੋ ਪਿੰਡ ਉਕੰਦਵਾਲਾ ਫਰੀਦਕੋਟ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਕਬੱਡੀ 57 ਕਿਲੋ ਅਤੇ 65 ਕਿਲੋ ਦੇ ਮੈਚ ਹੋਣਗੇ। ਕਬੱਡੀ 57 ਕਿਲੋ ਦਾ ਪਹਿਲਾ ਇਨਾਮ 5000 ਰੁਪਏ ਅਤੇ ਦੂਜਾ ਇਨਾਮ 3500 ਰੁਪਏ ਹੋਵੇਗਾ ਅਤੇ ਕਬੱਡੀ 65 ਕਿਲੋ ਦਾ ਪਹਿਲਾ ਇਨਾਮ 7500 ਰੁਪਏ ਅਤੇ ਦੂਜਾ ਇਨਾਮ 6000 ਰੁਪਏ ਹੋਵੇਗਾ। ਇਸ ਤੋਂ ਅੱਗੇ ਦੋਸਤੋ ਪਿੰਡ ਮਾਗਾ ਹੁਸ਼ਿਆਰਪੁਰ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਜਿਸ ਦਾ ਪਹਿਲਾ ਇਨਾਮ 15000 ਰੁਪਏ ਅਤੇ ਦੂਜਾ ਇਨਾਮ 10000 ਰੁਪਏ ਹੋਵੇਗਾ। ਇਸ ਤੋਂ ਅੱਗੇ ਦੋਸਤੋ ਪਿੰਡ ਕਲਿਆਣਪੁਰ ਵਿਖੇ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ 65 ਕਿਲੋ ਦੀਆਂ ਪਿੰਡ ਪੱਧਰ ਦੀਆਂ ਸੱਦੀਆਂ ਹੋਈਆਂ 8 ਟੀਮਾਂ ਖੇਡਣਗੀਆਂ ਅਤੇ ਇਸ ਦਾ ਪਹਿਲਾ ਇਨਾਮ 5100 ਰੁਪਏ ਅਤੇ ਦੂਜਾ ਇਨਾਮ 4100 ਰੁਪਏ ਹੋਵੇਗਾ। ਇਸ ਤੋਂ ਅੱਗੇ ਦੋਸਤੋ ਪਿੰਡ ਬੂਥਗੜ੍ਹ ਲੁਧਿਆਣਾ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇਸ ਦਾ ਪਹਿਲਾ ਇਨਾਮ 71000 ਰੁਪਏ ਅਤੇ ਦੂਜਾ ਇਨਾਮ 61000 ਰੁਪਏ ਹੋਵੇਗਾ ਅਤੇ ਇੱਥੇ ਕਬੱਡੀ 1 ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਅਤੇ ਇਸ ਦਾ ਲਾਈਵ ਤੁਸੀਂ ਪਿਓਰ ਪੰਜਾਬੀ ਲਾਈਵ ਦੇ ਜ਼ਰੀਏ ਦੇਖ ਸਕਦੇ ਹੋ। ਇਸ ਤੋਂ ਅੱਗੇ ਦੋਸਤੋ ਜੋ ਇਹ ਕਬੱਡੀ ਦਾ 100 ਮੈਚ ਹੋ ਰਿਹਾ ਇਸ ਬਾਰੇ ਆਪਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਜੇਕਰ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਥੱਲੇ ਕਮੈਂਟਾਂ ਵਿੱਚ ਆਪਾਂ ਨੂੰ ਜ਼ਰੂਰ ਦੱਸਣਾ ਅਤੇ ਇੱਥੇ ਵੀ ਸ਼ਾਮ ਨੂੰ 4 ਵਜੇ ਕਬੱਡੀ ਦਾ 100 ਮੈਚ ਹੋਵੇਗਾ।